ਸਤਿ ਸ੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਆਓ ਸ਼ੁਰੂ ਕਰਦੇ ਹਾਂ ਇੱਕ ਹੋਰ ਨਵੀਂ ਕਹਾਣੀ। ਮੈਂ ਗੁਰਦਾਸ ਸਿੰਘ ਬੈਂਸ। ਪਿਛਲੇ ਕਈ ਵਰ੍ਹਿਆਂ ਤੋਂ ਮੈਂ ਅਮਰੀਕਾ ਦੇ ਨਿਊਯਾਰਕ ਦੇ ਟਾਊਨ ਕਵੀਨ ਵਿਲੇਜ ਵਿੱਚ ਵਸਿਆ ਹਾਂ। ਪਿੱਛੋਂ ਅਸੀਂ ਨਕੋਦਰ ਦੇ ਕੋਲ ਪਿੰਡ ਤੋਂ ਸੀ। ਇੱਥੇ ਅਮਰੀਕਾ ਵਿੱਚ ਮੇਰਾ ਬੈਂਸ ਟਰਾਂਸਪੋਰਟ ਦੇ ਨਾਮ ਨਾਲ ਗੱਡੀਆਂ ਦਾ ਕੰਮ ਚੱਲਦਾ। ਇੱਕ ਗੱਡੀ ਤੋਂ ਸ਼ੁਰੂ ਹੋ ਇੰਨਾ ਵੱਡਾ ਕਾਰੋਬਾਰ ਕਦੋਂ ਹੋ ਗਿਆ ਪਤਾ ਵੀ ਨਹੀਂ ਲੱਗਾ। ਉਸ ਦਾਤੇ ਦੀ ਮਿਹਰ ਸੀ ਤੇ ਇੱਕ ਉਹ ਜਿਉਂਦਾ ਵਸਦਾ ਰੱਬ ਸੀ ਜੋ ਮੈਨੂੰ ਇੱਥੋਂ ਤੱਕ ਲੈ ਆਇਆ। ਕੱਲ ਨੂੰ ਮੈਨੂੰ ਗੱਡੀਆਂ ਦੀਆਂ ਸਭ ਤੋਂ ਵੱਧ ਅਤੇ ਵਧੀਆ ਸੇਵਾਵਾਂ ਦੇ ਕਰਕੇ ਸ਼ਹਿਰ ਦੇ ਮੇਅਰ ਵੱਲੋਂ ਸਨਮਾਨਿਤ ਕਰਨਾ ਸੀ। ਪਾਰਟੀ ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਵਿੱਚ ਸੀ। ਮਸਾ ਰਾਤ ਨਿਕਲੀ, ਪਤਾ ਨਹੀਂ ਲੱਗ ਰਿਹਾ ਚਾਹ ਹੈ ਜਾਂ ਕੋਈ ਬੇਚੈਨੀ। ਸਵੇਰ ਹੋਈ, ਤਿਆਰ ਹੋਇਆ, ਬਹੁਤ ਪੁਰਾਣੀ ਘੜੀ ਗੁੱਟ ਤੇ ਲਾ ਲਈ। ਕਿੰਨਾ ਚਿਰ ਟਿਕ ਟਿਕ ਦੀ ਆਵਾਜ਼ ਕੰਨ ਨੂੰ ਲਾ ਸੁਣਦਾ ਰਿਹਾ। ਮੱਲੋ ਮੱਲੀ ਅੱਖਾਂ ਵਿੱਚ ਹੰਝੂਆਂ ਦਾ ਦਰਿਆ ਆ ਗਿਆ। ਨਾਲ ਦੀ ਨੇ ਮਸਾਂ ਚੁੱਪ ਕਰਵਾਇਆ। ਉਹਨੇ ਇੱਕ ਸੋਨੇ ਦੀ ਮੁੰਦਰੀ ਮੇਰੀ ਉਂਗਲੀ ਵਿੱਚ ਪਾ ਦਿੱਤੀ। ਅੱਜ ਮੈਂ ਉਹਨੂੰ ਕੁਝ ਨਹੀਂ ਕਿਹਾ, ਨਹੀਂ ਜਦ ਉਹ ਕਦੇ ਮੈਨੂੰ ਸੋਨਾ ਪਾਉਣ ਨੂੰ ਆਖਦੀ ਤਾਂ ਮੈਂ ਮਨਾ ਕਰ ਦਿੰਦਾ, ਕਿਉਂਕਿ ਕੋਈ ਸ਼ੌਕ ਨਹੀਂ ਸੀ ਮੇਰਾ ਇੰਜ ਦਾ। ਇਹ ਸ਼ੌਕ ਤਾਂ ਬਚਪਨ ਵਿੱਚ ਦੱਬ ਗਿਆ ਸੀ। ਨਾਲ ਦੀ ਇੱਕ ਹੋਰ ਲੇਡੀਜ਼ ਘੜੀ ਕੱਢੀ, ਉਹ ਵੀ ਬਹੁਤ ਪੁਰਾਣੀ ਸੀ, ਨੂੰ ਸੁਨਹਿਰੀ ਡੱਬੀ ਵਿੱਚ ਪੈਕ ਕਰ ਲਿਆ। ਹੋਟਲ ਗਿਆ, ਪਤਾ ਨਹੀਂ ਕਿੰਨੇ ਕੋ ਬੁਲਾਰਿਆਂ ਨੇ ਮੇਰੀ ਮਿਹਨਤ ਦੇ ਕਿੱਸੇ ਸੁਣਾਏ। ਮਿਸਟਰ ਗੁਰਦਾਸ ਬੈਂਸ, ਏਦਾਂ ਮਿਸਟਰ ਗੁਰਦਾਸ ਓਦਾਂ, ਪਰ ਮੇਰੇ ਪਿੱਛੇ ਕਿਹਦੀ ਮਿਹਨਤ ਸੀ ਸਿਰਫ ਤੇ ਸਿਰਫ ਮੈਂ ਜਾਣਦਾ ਸੀ। ਜੇਕਰ ਉਹ ਰੱਬ ਜਿਹਾ ਇਨਸਾਨ ਨਾ ਹੁੰਦਾ ਗੁਰਦਾਸ ਕਦੋਂ ਦਾ ਮਰ ਗਿਆ ਹੁੰਦਾ। ਮੇਰਾ ਰੱਬ, ਮੇਰਾ ਸਭ ਕੁਝ, ਮੇਰੇ ਤੋਂ ਆਪਣੇ ਸੁਨਹਿਰੀ ਸੁਪਨੇ ਵਾਰਨ ਵਾਲਾ ਮੇਰਾ ਰੱਬ। ਜਦ ਮੇਰੀ ਬੋਲਣ ਦੀ ਵਾਰੀ ਆਈ ਤਾੜੀਆਂ ਨਾਲ ਹਾਲ ਗੂੰਜ ਉੱਠਿਆ। ਮੈਂ ਕਦੇ ਇੰਨਾ ਬੋਲਿਆ ਨਹੀਂ, ਉਹ ਵੀ ਇੰਨੇ ਲੋਕਾਂ ਦੇ ਸਾਹਵੇਂ। ਬਹੁਤ ਮੁਸ਼ਕਲ ਸੀ ਸਾਰੇ ਆਖਣ ਦੋ ਸ਼ਬਦ ਬੋਲ, ਪਰ ਮੇਰੇ ਕੋਲ ਬੋਲ ਨਹੀਂ ਹੋ ਰਿਹਾ। ਪਰ ਸਾਹਮਣੇ ਮੇਰਾ ਰੱਬ ਬੈਠਾ ਸੀ, ਬਸ ਉਹਨੂੰ ਦੇਖ ਮੇਰੇ ਬੋਲਾਂ ਨੂੰ ਖੰਭ ਲੱਗ ਗਏ। ਮੈਂ ਹੱਥ ਜੋੜ ਸਭ ਨੂੰ ਕਿਹਾ ਕਿ ਦੋ ਸ਼ਬਦ ਨਹੀਂ, ਮੇਰੇ ਕੋਲ ਮੇਰੇ ਜੀਵਨ ਦੀ ਪੂਰੀ ਕਹਾਣੀ, ਜੇਕਰ ਆਗਿਆ ਹੋਵੇ ਤਾਂ ਸ਼ੁਰੂ ਕਰਾਂ। ਸਭ ਨੇ ਖੜੇ ਹੋ ਕੇ ਹਾਂ ਵਿੱਚ ਸਿਰ ਹਿਲਾਇਆ। ਬਹੁਤ ਹੀ ਜਜ਼ਬਾਤੀ ਸੀ ਮੈਂ, ਮਸਾਂ ਆਪਣੇ ਆਪ ਨੂੰ ਸੰਭਾਲ ਮੈਂ ਆਪਣੇ ਜੀਵਨ ਕਥਾ ਸ਼ੁਰੂ ਕੀਤੀ। ਡਿੱਗਦੇ ਹੰਝੂਆਂ ਨੂੰ ਸਾਫ਼ ਕਰਨ ਲਈ ਐਨਕ ਲਾ ਦਿੱਤੀ, ਹੱਥ ਵਿੱਚ ਰੁਮਾਲ ਫੜ ਲਿਆ ਆਪਣੀਆਂ ਅੱਖਾਂ ਸਾਫ਼ ਕਰਨ ਨੂੰ। ਸਾਹਮਣੇ ਪਤਨੀ ਅਤੇ ਬੇਟੀ ਨੇ ਮੈਨੂੰ ਹੱਥ ਨਾਲ ਜਿੱਤ ਦੇ ਨਿਸ਼ਾਨ ਬਣਾਉਂਦੇ ਹੋਏ ਆਪਣੀ ਸਟੋਰੀ ਦੱਸਣ ਦਾ ਇਸ਼ਾਰਾ ਕੀਤਾ। ਪਹੁੰਚ ਗਿਆ ਮੈਂ ਪਿੰਡ ਦੀਆਂ ਗਲੀਆਂ ਵਿੱਚ। ਬੜਾ ਵਧੀਆ ਸੀ ਬਚਪਨ ਮੇਰਾ, ਬਹੁਤ ਹੀ ਵਧੀਆ, ਨਾ ਕੋਈ ਤੰਗੀ ਨਾ ਕੋਈ ਕਮੀ। ਮਹਿਲ ਵਰਗੇ ਘਰ ਵਿੱਚ ਅਸੀਂ ਬਸ ਤਿੰਨ ਜਾਣੇ ਰਹਿੰਦੇ ਸੀ, ਮੈਂ, ਮੇਰੀ ਬੇਬੇ ਮੀਤ ਅਤੇ ਛੋਟੀ ਭੈਣ ਅੰਬਰ। ਬਾਪੂ ਪਿਛਲੇ ਕਈ ਵਰ੍ਹਿਆਂ ਤੋਂ ਅਮਰੀਕਾ ਵਿੱਚ ਸੀ। ਬਾਪੂ ਦਾ ਨਾਮ ਸੁਲੱਖਣ ਸਿੰਘ ਸੀ। ਬੇਸ਼ੱਕ ਬਾਪੂ ਅਮਰੀਕਾ ਵਰਗੇ ਅਗਾਂਹ ਵਧੂ ਦੇਸ਼ ਵਿੱਚ ਰਹਿੰਦਾ ਸੀ, ਪਰ ਆਪਣੀਆਂ ਜੜ੍ਹਾਂ ਨਾਲ ਬਹੁਤ ਜੁੜਿਆ ਸੀ। ਇਹ ਕਹਿ ਲਓ ਬਿਲਕੁਲ ਦੇਸੀ। ਇਸ ਲਈ ਸਾਨੂੰ ਦੋਨਾਂ ਭੈਣ ਭਰਾਵਾਂ ਤੋਂ ਮੋਮ ਡੈਡ ਅਖਵਾਉਣ ਦੀ ਜਗ੍ਹਾ ਬੇਬੇ ਬਾਪੂ ਅਖਵਾਉਂਦਾ। ਜਦ ਅਸੀਂ ਸਕੂਲ ਵਿੱਚ ਮੰਮੀ ਪਾਪਾ ਦੀ ਜਗ੍ਹਾ ਬੇਬੇ ਬਾਪੂ ਆਖਦੇ ਤਾਂ ਬੱਚੇ ਸਾਨੂੰ ਬਹੁਤ ਮਜ਼ਾਕ ਕਰਦੇ। ਮੈਂ ਖਿਝ ਜਾਂਦਾ, ਮਜਾਲ ਸੀ ਕਿ ਅੰਬਰ ਨੂੰ ਗੁੱਸਾ ਆ ਜਾਵੇ। ਸਗੋਂ ਵੱਡੀ ਬੇਬੇ ਬਣ ਮੈਨੂੰ ਸਮਝਾਉਂਦੀ, ਲੈ ਵੀਰੇ ਲੋਕ ਜੋ ਮਰਜ਼ੀ ਕਹਿ ਲੈਣ, ਆਪਾਂ ਤਾਂ ਆਪਣੇ ਬਾਪੂ ਦੀ ਖੁਸ਼ੀ ਦੇਖਣੀ। ਅਮਰੀਕਾ ਵਿੱਚ ਬਾਪੂ ਦਾ ਬੈਂਸ ਟਰਾਂਸਪੋਰਟ ਦਾ ਬਿਜ਼ਨਸ ਸੀ, ਕੰਮ ਚੰਗਾ ਚੱਲਦਾ ਸੀ। ਬਾਪੂ ਕਈ ਵਾਰੀ ਹਾਕੀ ਕਬੱਡੀ ਦੇ ਟੂਰਨਾਮੈਂਟ ਹੁੰਦੇ ਪੈਸਾ ਧੇਲਾ ਪਾਉਂਦਾ, ਸਭ ਇੱਜ਼ਤ ਕਰਦੇ। ਹੋਰ ਵੀ ਕਿਤੇ ਲੋੜਵੰਦ ਨੂੰ ਲੋੜ ਹੁੰਦੀ ਬਾਪੂ ਮਦਦ ਲਈ ਤਿਆਰ ਰਹਿੰਦਾ। ਬੇਬੇ ਨੇ ਸ਼ੌਕ ਲਈ 2 ਕੁ ਮੱਝਾਂ ਰੱਖੀਆਂ ਸਨ। ਘਰ ਦਾ ਦੁੱਧ ਘਿਓ ਹੋ ਜਾਣਾ, ਬਾਪੂ ਨੇ ਚਿੱਠੀਆਂ ਵਿੱਚ ਬਹੁਤ ਕਹਿਣਾ, ਮੀਤ ਛੱਡ ਦੇ ਪਸ਼ੂਆਂ ਦਾ ਕੰਮ, ਬਹੁਤ ਕੁਝ ਦਿੱਤਾ ਰੱਬ ਨੇ। ਪਰ ਬੇਬੇ ਨੇ ਜਵਾਬ ਦੇਣਾ, ਨਾ ਜੀ ਮੈਂ ਵਿਹਲੀ ਨੇ ਕੀ ਕਰਨਾ। ਮਨ ਲੱਗਾ ਰਹਿੰਦਾ, ਸਾਰਾ ਦਿਨ ਪੱਠੇ ਪਾ ਤੂੜੀ ਤੰਦ ਲੈਣ ਜਾਂਦਾ, ਬੰਦਾ 100 ਦੇ ਮੂੰਹ ਮੱਥੇ ਲੱਗਦਾ। ਘਰ ਰਹਿ ਕੇ ਤਾਂ ਮੈਂ ਬਿਮਾਰ ਹੋ ਜਾਊਂ,
नाले आ गुरदास फिरन तो बचिया रहू। स्कूल तो आउंदे ही बेबे मेनू पठे वड़न नाल खेतां नू लै जांदी। बेशक मेरी उम्र उदो मसा 10 साल सी, पर बेबे ने मेनू काम दा चस्का पा दिता। फिर साडे घर खुशियां ने होर दस्तक दिती। साडा तिन्ना दा अमरीका दा वीजा लग गया। बस थोड़े के दिन बाद बापू ने सानू लैण आउणा सी। खुशियां ज्यों साडे विहड़े विच नचदियां सी। किन्ना खुश सी असी, सब तो खुश सी अंबर, क्योंकि उन्हें बापू नू पहली वार मिलना सी। नचदी फिरदी सी विहड़े विच। बेबे बापू दे आउण दे चा विच किन्ना कुछ बना रखिया। पिनिया, देसी घिओ दे बिस्कुट, वेसन, इथों तक हलवाई कोलो बर्फी भी बनवा ली। फिर ओह दिन भी आ गया जद बापू आ गया। विहड़ा खुशियां नाल भर गया। किन्ना सोहना सी मेरा बापू, बिल्ला जिहा, गोरा जिहा, देखण नू लगदा अंग्रेज है पर बोली जमा देसी, जट्टां वाली। बापू बिल्कुल अंबर वर्गा सी। प्यो धी दी शकल किन्नी मिलदी सी। आदत भी ओदी बापू वर्गी खुश गल गल ते उच्ची उच्ची हसना। अंबर बापू दे अगे पिछे घूमदी ना थकदी। किन्ना कुछ लै के आया सी बापू मेरे अते अंबर लई, खिडौने, कपड़े, पता नहीं किन्ना कुछ। अंबर अपनियां सहेलियां नू दिखाउंदी फिरदी। जिस दिन दा बापू आया सी, दिन वेले कोई ना कोई परौणा आया रहिंदा, बड़ा अपना बण बण दस दे। रात नू दारू वाले आ बैठ दे, बेबे ने खिज जाना। बापू ने बड़े प्यार नाल कहना, मीत कोई नी, इन्हां गल्लां नू बहुत मिस कीता परदेस विच अपणियां नू। बेबे ने कहना, कोई नी इत्थे अपना, बिपता पऊ सब भज जाणगे। पर बापू अपनी आदत अनुसार हस छड़दा। बापू ने मैनू कहना, तू ते अंबर बैंस ट्रांसपोर्ट दे मालिक हो, रज के मेहनत करियो मेरे शेरो। बहुत सालां दी मेहनत है मेरी, इन्ने साल तुहाडे तो दूर रह के ए सब बनाया है। पर अंबर ने कहना, ओ बहुत सारा पढ़ के PhD करेगी, अपने नाम ओरे डॉक्टर अंबर लिखवाना है। PhD दी डिग्री लेना ही उसदा सुनहरी सुपना है। खुशियां दे दिन कदों लंघ जांदे ने पता भी नहीं लगदा। जद गमां दी हनेरी आउंदी है तां सब कुछ उजाड़ के रख देंदी है। हाले बापू नू आए 10 दिन ही होए सी। नाल दे मुंडे ने अपने घर दियां लई कुछ समान भेजिया सी। असी ओ समान ओदे पिंड फड़ाउण जाणा सी। बड़े खुशी खुशी घरों चले। अंबर बापू दी बाली लाडली होण करके बापू दे नाल अगे वाली सीट ते बह गई। मैं अते बेबे पिछे बैठ गए। बहुत खुश सी असी, पहली वार बापू नाल गड्डी विच बैठे सी। अजे GT रोड ते ही चढ़े सी, क्योंकि बापू अमरीका तो आया सी। बस सज्जे खब्बे ड्राइव करन दा भुलेखा लग गया, क्योंकि अमरीका विच वाहन खब्बे पासे चलदे ने, अपने सज्जे बस। इत्थे बापू ने भुलेखा लग गया। बापू गड्डी नू खब्बे पासे लै गया। सामने तो आ रही पंजाब स्कूल सिक्ख्या बोर्ड दी जीप, जो बोर्ड दियां क्लासां नू पेपर दे के आ रही सी, जोर नाल टक्कर हो गई। बस मौत दा नाच मैं बहुत नेड़ेओं देखिया। मां ते बापू दोवें एक पासे बैठे सी, जीप नाल सिद्धी टक्कर हो गई। बेबे बापू वाला पासा सारा तबाह हो गया। मां मेरे ते लम्मी पै गई तां के मैं बच सकां, जांदी जांदी भी जिंदगी बख्श गई। जीप ज्यादा पिछे पासे लगी सी। मां बस इन्ना ही कहा, लै दास मैं चली। अंबर बस इन्ना का कह मां चुप होगी। अद्धा घंटा अद्ध बेहोशी हालत विच तड़फदी रही, जिंदगी मौत दी लड़ाई लड़दी रही, पानी मंगदी रही। अंत जिंदगी हार गई। मां दा एक एक साह निकलदा मैं अखी देखिया। बहुत भयानक मंजर सी ओह। मां पानी मंगदी रही, मैं मजबूर देखदा रहा। पता नहीं बापू दी मौत केहो जी आई। सीट ते बैठा इउं लग रहा सी ज्यों सुत्ता पिया होवे। बस पुड़पड़ी कोल खून दी पतली जिही लकीर सी। पता नहीं जान लगे ने हाए भी नहीं कहा। अंबर दे भी सट्टां लगियां सी, मेरे भी। अंबर बेहोश सी ते मैं लत दी सट कारण तड़फ रहा सी। 2 घंटे असी इंज ही तड़फदे रहे, लंघण वाले देख के लंघदे रहे। फिर कुछ क पाड़े मुंडे आए, उन्हां नू तरस आया। उन्हां बड़ी मेहनत नाल सानू बाहर कढ़िया। इत्थे फिर इंसानियत शर्मसार होई। जद कुछ भले लोग सानू बचा रहे सी, कुछ क ने बापू बेबे दे गहने उतारन दी कीती। इस दिन तो ही मेरा सोने दे गहने पाउण तो नफरत हो गई।
की करना सी जिथे इंसानी जान नालों गहने गट्टे उपर होन। जद तक हॉस्पिटल पहुंचे उदो तक भाणा बीत चुका सी। अंबर नू भी होश आ गया सी। गल लग भैन भरा इन्ना रोए कि शायद उस दिन धरती भी रोंदी हो। ते अंबर भी दोवें भैन भरा डोरपोर जे हस्पताल दे खूंजे लग बैठ गए। पोस्टमार्टम करन पहला उन्हां सानू बेबे बापू दियां घड़ियां ला के फड़ा दित्तियां। बस पता नहीं क्यों लोग घड़ियां किंज छड़ गए। बाकी तां सब कुछ लुट पुट लै गए सी। जिंदगियां रुक गईयां सी पर घड़ियां दियां टिक टिक चल रही सी। रिश्तेदार आ गए शाम तक लाशां पिंड आ गईयां। बस छेती छेती करो दा रौला पैन लगा लाशां रखण वालियां नहीं। चंद तों सोहणे मेरे मापे लाशां बन गए। तीला तीला जोड़ के बनाए घर विच वसण दा हुक्म भी नहीं होया। किन्नी मेहनत कीती सी दोवां ने हुण एक मिंट भी नहीं रह सकदे। अंबर ने मेरे वल तरस भरियां नजरां नाल वेख्या। अखां राहीं पुछदी होवे कि वीरे आपां एक रात भी नहीं रख सकदे बेबे बापू नूं। हुण असीं अपने ही घर विच बगाने वस पै गए। कुछ नहीं सी कर सकदे असीं। बस दिन छुपदे तक मां बापू नूं लै शमशान पहुंच गए। जिहड़े हत्थां ने हाले मां प्यो दा हत्थ फड़ चलना सिखिया सी ओह हत्थ चीखा मचाउण नूं तैयार सी। दोवां दी अर्थी नूं इक ही चीखा विच रख दित्ता। लगदा सी अज आसमान भी रो रिहा सी ते धरती भी। निक्के निक्के हत्थां नाल जद मैं अपने बेबे बापू नूं लांबू लाया हर कोल खड़े बंदे दियां धां निकल गईयां। मां बापू चले गए नाल लै गए साडे भैण भरा दियां खुशियां। बगानिया दे हत्थ पै गए। नानकियां विच इक नानी सी हुण काफी बिरद सी। ओह साडे कोल आ रहण लगी। एक वारी फिर मेरे मरे मां प्यो दा सौदा होया। बेशक जिस जीप नाल साडी टक्कर होई सी उहनां दा कोई कसूर नहीं सी। बापू ही गलत पासे चला गया सी पर फिर भी पुलिस ने उहनां नूं गिरफ्तार कीता सी। राजीनामा कराउण लई नजदीकी रिश्तेदार ने आप ही इस गल नाल राजीनामा कर लिया कि उस दा पुत्तर नूं फर्स्ट डिवीजन विच पास कर दित्ता जावे तां उह राजीनामा करवा देउ क्योंकि जीप पंजाब स्कूल सिक्ख्या बोर्ड दे कर्मचारी दी सी। मुंडा पास हो गया ते उह बरी ते मां प्यो दे मरण दा सौदा। बेशक मेरी नानी बिरद सी फिर भी सानू भैण भरावां नूं उहदा रब जिन्ना आसरा सी। अंबर पता नहीं इन्नी सियाणी कित्थों हो गई। चुलबली जई मेरी भैण चुप जई हो गई। निक्की जई ने सारा घर सांभ लिया। सारे काम करदी विंगी सिद्धी जई जिवें दी रोटी बनदी बना के खवाउंदी। पर मैनू पता नहीं की हो गया मैं घरों डरन लगा। कार गड्डी विच बैठना तां दूर मैं गड्डी नूं देख के ही चीका मारन लगा। जद भी कोई मोटर गड्डी देखदा मैनू बेबे याद आउंदी। पानी मंगदी बेबे दिसदी। मैं चीका मारन लगदा नाल दे होर डराउंदे आ गई गड्डी कह के छेड़दे। मैं भज अंबर दे पिछे लुक जांदा। निक्की जिही अंबर वड्डे भाई नूं संभालदी। शरीके वालियां टकोरां कसदियां आखदियां लै ए संभालू गड्डियां अमरीका जा हुण इत्थे धक्के खाऊ। कमला हो के सचमुच ही ता पागल हो गया सी। बस हर वेले डर नाल रहिंदा। मां निकलदे साह पानी लई तड़फदी मां दिसदी। अखां बंद कर लैंदा अंबर दे कोल ही बैठा रहिंदा। पता नहीं अंबर विच इन्ना हौसला कित्थों आ गया। मैनू भी देखदी घर भी उपर वाले अंबर तो भी विशाल हो गई अंबर। निक्की जिही अंबर ममता दी मूरत बन गई। शहर दे स्कूल विच पढ़दे सी। डर दे मारे ने मैं स्कूल वैन विच बैठना छड़ दित्ता। स्कूल दी पढ़ाई पिछे पै गई। फिर अंबर ने मैनू साइकिल ते लिजाणा शुरू कर दित्ता। 10-15 किलोमीटर स्कूल सी। भर गर्मी विच जां भर सर्दी विच असीं साइकिल चला हंभ जांदे पर अंबर दे चेहरे ते भोरा शिकन ना हुंदी। घर दा काम भी करदी धन सी अंबर। अंबर ने ता मैनू मंजिल ते पहुंचा के ही साह लैणा सी। मां वांग कोल बिठा के रोटी पानी खलाउंदी वालां विच तेल झसदी। बिल्ली वांग मेरे पिछे पिछे घूमदी रहिंदी। फिर रब ने एक होर अणहोणी कीती। नानी चल वसी ओहदा बैठी दा बहुत आसरा सी। रात नूं ओहदे नाल पै जांदे सी। बेफिकर जे हो
पर हुण रब ने ए वी सहारा खो लिया सी। मेरा दिमागी संतुलन होर भी खराब हो गया। नानी चली गई, हुण मैं होर डरन लगा। घर वड़न नू दिल ना करदा। शरीके विच लगदी चाची दे घर सौंदे, बस हर वेले गुमसुम जिहा रहना। चाची हुरां होर डराउणा, सिर्फ रात नू ही उन्हां दे घर सौण जांदे सी। उन्हां बड़ा खिजणा, ए इत्थे क्यों आ जांदे ने। बिस्तरा भी घरों लै के जाणा, फिर वापस लै के आउणा। किन्ने सारे काम अंबर लई तैयार रखणे, ज्यों बर्तन आदि साफ कराउणे, होर भी कई काम अंबर लई रखणे। फुल्लां वांग पाली अंबर किन्ने कंढ्यां विच्चों गुजर रही सी, पर कदे नहीं सी थकदी। समां बीतदा गया, वड्डे हो गए। अंबर बहुत हुशियार सी, हर क्लास विच फर्स्ट आउंदी। मैं भी पढ़न विच हुशियार सी, पर अंबर जिन्ना नहीं। हुण काफी वड्डा हो गया, पर गड्डी दा डर ना निकलिया। वड्डे हो के भी असी साइकल ते ही पढ़न जांदे, इत्थों तक कॉलेज भी सब छेड़दे, पर अंबर ना आप डोलदी ना मैनू डोलन दिंदी। बस ओनू किसे गल दी परवाह नहीं सी, परवाह सी बस मेरी। अंबर हर साल रखड़ी बनदी, जद मैं पुछना अंबर की चाहिदा, अंबर ने कहना अजे कुछ नहीं वीरे, समा आउण ते मंगू। बहुत चा सी अंबर नू नाम अगे डाक्टर अंबर लाउण दा, पर मेरी वजह करके ओदा ए सुपना पूरा नहीं हो रहा। फिर पता नहीं कदों अंबर ने गड्डी सिख ली। एक ओह अपनी सहेली दे पापा दी गड्डी लै आई। दो दिन मैनू मनाउंदी रही गड्डी विच बैठन नू, पर मैं ना मन्निया। फिर अंबर ने मैनू इमोशनल ब्लैकमेल कीता, इन्ना सालां दा बन्नी रखड़ी दा मुल मंगिया। ओदी जेद अगे मैनू झुकना पिया, बस नाल बिठा लिया मैनू। गड्डी विच बहना मेरे लई असह पीड़ सी। मुड़ मां पानी मंगदी दिसदी, सीट उपर पिया सुत्ता पिया बापू दिसदा। अखां नू बंद कर लिया, अंबर आंदी किन्ना चिर अपने आप तो भजदा रहेगा वीरे, अपने आप दा सामना कर, हमला मार, उठ बापू दा सुपना पूरा कर, उठ वीर अपने आप नाल लड़, उठ मेरा वीर। बस हर रोज नाल लै जांदी नवा जोश भरदी। हौली हौली मेरा डर लै गया, हौली हौली मैं आप कार चलाउण लगा। फिर अंबर दा रिश्ता अमरीका हो गया, ते छेती व्याह भी। कमली दी PhD विचे रह गई। फिर साल दे विच ही मैनू भी कोल बुला लिया, फिर ओथे भी नाल खड़ी रही, अपना घर भी संभालदी ते मैनू भी। हौली हौली मेरा काम चल पिया, एक गड्डी तो शुरू होया। गड्डियां दा काम बहुत वड्डा हो गया, बैंस ट्रांसपोर्ट दा बिजनेस शिखरां नू छू गया, ते अज मैनू सन्मान मिलना सी। इस सन्मान दा हक मेरा नहीं, साथीओ अंबर दा है। जे अंबर ना हुंदी तां बस कदों दा मर गया हुंदा। निक्के निक्के हत्थां तों लै के हुण तक गुरदास पिछे खड़ी रही मेरी अंबर। ਉੱਪਰ ਵਾਲੇ ਅੰਬਰ ਤੋਂ ਵੱਡੇ ਜਿਗਰੇ ਵਾਲੀ ਮੇਰੀ ਭੈਣ। ਦੋਸਤੋ ਜ਼ਰੂਰੀ ਨਹੀਂ ਇਹ ਪਿਆਰ ਦੀਆਂ ਲੰਬੀਆਂ ਕਹਾਣੀਆਂ ਆਸ਼ਿਕ ਮਸ਼ੂਕਾਂ ਦੀਆਂ ਹੋਣ। ਆਸ਼ਿਕ ਮਸ਼ੂਕ ਦੀ ਕਹਾਣੀ 1 ਸਾਲ ਦੀ ਹੋ ਸਕਦੀ ਜਾਂ ਫਿਰ ਕੁਝ ਕੁ ਸਾਲਾਂ ਦੀ, ਪਰ ਮੇਰੀ ਮਮਤਾ ਮਈ ਭੈਣ ਦੀ ਪਿਆਰ ਦੀ ਕਹਾਣੀ ਤਾਂ ਮੇਰੀ ਉਮਰ ਤੋਂ ਲੰਬੀ ਹੈ। ਕਦੀ ਮੇਰੀ ਮਾਂ ਬਣ ਗਈ, ਕਦੇ ਬਾਪ, ਕਦੇ ਭੈਣ ਬਣ ਗਈ ਤੇ ਕਦੇ ਦੋਸਤ। ਬਸ ਗੁਰਦਾਸ ਦਾ ਜੋ ਵਜੂਦ ਹੈ ਉਹ ਅੰਬਰ ਕਰਕੇ ਸਾਰਾ ਹਾਲ ਨਾਲ ਤਾੜੀਆਂ ਗੂੰਜ ਗਿਆ। ਇੰਨੀ ਦਰਦਮਈ ਕਹਾਣੀ ਸੁਣ ਸਭ ਦੀ ਅੱਖ ਨਮ ਸੀ, ਤੇ ਹਰ ਅੱਖ ਅੰਬਰ ਨੂੰ ਲੱਭ ਰਹੀ ਸੀ। ਗੁਰਦਾਸ ਹੌਲੀ ਜਿਹੀ ਸਟੇਜ ਤੋਂ ਉਤਰਿਆ, ਜਿੱਥੇ ਅੰਬਰ ਬੈਠੀ ਸੀ ਜਾ ਪੈਰਾਂ ਵਿੱਚ ਬੈਠ ਗਿਆ। ਅੰਬਰ ਦੀ ਗੋਦ ਸਿਰ ਰੱਖ ਰੋ ਪਿਆ, ਭੈਣ ਭਰਾ ਰੱਜ ਕੇ ਰੋਏ। ਫਿਰ ਦਾਸ ਅੰਬਰ ਦਾ ਹੱਥ ਫੜ ਸਟੇਜ ਤੇ ਲੈ ਆਇਆ, ਫਿਰ ਜੋ ਸਨਮਾਨ ਮਿਲਿਆ ਉਹ ਅੰਬਰ ਦੀ ਝੋਲੀ ਪਾ ਦਿੱਤਾ। ਇੱਕ ਵਾਰੀ ਫਿਰ ਦਾਸ ਅੰਬਰ ਦੇ ਗੱਲ ਅੱਗ ਰੋ ਪਿਆ, ਮਾਹੌਲ ਇੱਕ ਵਾਰ ਫਿਰ ਭਾਵੁਕ ਹੋ ਗਿਆ। ਫਿਰ ਦਾਸ ਨੇ ਅੰਬਰ ਦੇ ਪਤੀ ਦੇਵ ਨੂੰ ਬੁਲਾਇਆ, ਫਿਰ ਦੋਵਾਂ ਸਾਲੇ ਜੀਜੇ ਨੇ ਅੰਬਰ ਨੂੰ ਸਰਪ੍ਰਾਈਜ਼ ਦਿੱਤਾ। ਅੰਬਰ ਹਮੇਸ਼ਾ ਤੋਂ ਪੰਜਾਬ ਵਿੱਚ ਰਹਿ ਕੇ PhD ਕਰਨਾ ਚਾਹੁੰਦੀ ਸੀ। ਦਾਸ ਅਤੇ ਦੇਵ ਨੇ ਅੰਬਰ ਨੂੰ ਕਿਹਾ ਕਿ ਉਹ ਘਰ ਅਤੇ ਬੱਚੇ ਉਹ ਸਾਂਭ ਲੈਣਗੇ, ਅੰਬਰ ਪੰਜਾਬ ਜਾ ਕੇ ਆਪਣਾ ਸੁਨਹਿਰੀ ਸੁਪਨਾ ਪੂਰਾ ਕਰੇਗੀ, ਆਪਣੇ ਨਾਮ ਮੂਹਰੇ ਡਾਕਟਰ ਅੰਬਰਦੀਪ ਕੌਰ ਲਿਖਵਾਏਗੀ। ਉਹ ਆਪਣਾ ਸੁਪਨਾ ਪੂਰਾ ਕਰੇਗੀ। ਅੰਬਰ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਭਰ ਗਈਆਂ। ਫਿਰ ਦਾਸ ਦੀ ਪਤਨੀ ਨੇ ਅੰਬਰ ਨੂੰ ਉਹ ਘੜੀ ਗਿਫਟ ਕੀਤੀ ਜੋ ਘਰੋਂ ਪੈਕ ਕਰਕੇ ਲੈ ਆਈ ਸੀ।
ਇਹ ਘੜੀ ਅੰਬਰ ਦੀ ਮਾਂ ਦੀ ਸੀ ਜੋ ਉਹਦੀ ਮੰਮੀ ਨੇ ਉਸ ਵੇਲੇ ਵੀ ਲਾਈ ਸੀ ਜਦ ਉਹਦੀ ਮੌਤ ਹੋਈ ਸੀ। ਦਾਸ ਨੇ ਆਪਣੇ ਬਾਪੂ ਵਾਲੀ ਘੜੀ ਲਾਈ ਸੀ। ਦੋਵੇਂ ਭੈਣ ਭਰਾ ਨੇ ਆਪਣੀ ਗੁੱਟ ਲੱਗੀ ਘੜੀ ਦੀ ਟਿਕ ਟਿਕ ਨੂੰ ਮਾਈਕ ਮੋਹਰੇ ਕਰ ਦਿੱਤਾ। ਘੜੀ ਦੀ ਟਿਕ ਟਿਕ ਇੰਜ ਜਾਪੇ ਜਿਉਂ ਉਹਨਾਂ ਦੇ ਮਾਂ ਪਿਓ ਦੀ ਧੜਕਣ ਚੱਲ ਰਹੀ ਹੋਵੇ। ਇਹ ਕਿਹੋ ਜਿਹਾ ਰੰਗ ਸੀ? ਘੜੀਆਂ ਲਾਉਣ ਵਾਲਿਆਂ ਦੀ ਧੜਕਣਾਂ ਕਦੋਂ ਦੀਆਂ ਰੁਕ ਗਈਆਂ ਸੀ ਪਰ ਘੜੀਆਂ ਚੱਲ ਰਹੀਆਂ ਸੀ। ਦਾਸ ਅਤੇ ਅੰਬਰ ਦੋਵੇਂ ਘੜੀਆਂ ਨੂੰ ਆਪਣੇ ਸੀਨੇ ਲਾ ਇੰਜ ਮਹਿਸੂਸ ਕਰ ਰਹੇ ਜਿਉਂ ਉਹਨਾਂ ਦੇ ਬੇਬੇ ਬਾਪੂ ਕੋਲ ਹੀ ਹੋਣ, ਇੰਨੇ ਕਰੀਬ ਕਿ ਜਿਉਂ ਉਹ ਉਹਨਾਂ ਦੀਆਂ ਧੜਕਣ ਸੁਣ ਰਹੇ ਹੋਣ। ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਵੋ ਅਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜ਼ਰੂਰ ਦੱਸੋ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।